ਕੁਲਫੀ ਕਹਾਣੀ ਦੀ ਆਪਾਂ ਸਟਾਰਟ ਕਰਦੇ ਹਾਂ ਰਿਵੀਜ਼ਨ। ਕੁਲਫੀ ਕਹਾਣੀ ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਸੁਜਾਨ ਸਿੰਘ ਦੀ ਲਿਖੀ ਹੋਈ ਕਹਾਣੀ, ਸੁਜਾਨ ਸਿੰਘ ਦੀ ਪੁਸਤਕ। ਸ਼ਹਿਰ ਤੇ ਗ੍ਰਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ, ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਲਿਖੋ ਬੇਟੇ ਆਂਸਰ। ਕੇਸ਼ਵ ਰਿਖੀ। ਨੈਕਸਟ ਕੁਸ਼ਚਨ, ਕੁਲਫੀ ਕਹਾਣੀ ਦਾ ਮੁੱਖ ਪਾਤਰ ਲੇਖਕ। ਇਸ ਤੋਂ ਇਲਾਵਾ ਕਹਾਣੀ ਵਿੱਚ ਕਾਕਾ, ਲੇਖਕ ਦਾ ਪੁੱਤਰ ਜਿਸਦਾ ਨਾਮ ਆਇਆ ਹੈ ਕਾਕਾ, ਲੇਖਕ ਦੀ ਪਤਨੀ ਮੀਨਸ ਕਾਕੇ ਦੀ ਮਾਂ, ਸ਼ਾਹਾਂ ਦਾ ਮੁੰਡਾ, ਕੀ ਨਾਮ ਹੈ ਸ਼ਾਹਾਂ ਦੇ ਮੁੰਡੇ ਦਾ? ਨਾਮ ਬੁੱਲੀ, ਸ਼ਾਹਾਂ ਦਾ ਮੁੰਡਾ। ਸ਼ਾਹਾਂ ਦਾ ਮੁੰਡਾ ਬੁੱਲੀ, ਬੁੱਲੀ ਦੀ ਮਾਂ ਸ਼ਾਨੀ। ਇੱਕ ਕੁਲਫੀ ਵਾਲਾ, ਠੀਕ ਹੈ, ਇੱਕ ਮੁਰਮਰੇ ਵਾਲਾ। ਇਹ ਸਾਰੇ ਨਿਮਨ ਪਾਤਰ ਨੇ। ਸਭ ਤੋਂ ਪਹਿਲਾਂ ਕਿਹਦੀ ਆਵਾਜ਼ ਆਉਂਦੀ ਹੈ? ਕੁਲਫੀ ਵਾਲੇ ਦੀ। ਕੁਲਫੀ ਵਾਲੇ ਤੋਂ ਬਾਅਦ ਕੌਣ ਆਉਂਦਾ ਹੈ ਆਵਾਜ਼ ਦਿੰਦਾ? ਮੁਰਮਰੇ ਵਾਲਾ। ਲਿਖੋ ਕੁਸ਼ਚਨ ਸਾਰੇ। ਕੁਲਫੀ ਕਹਾਣੀ ਦੀ ਘਟਨਾ ਕਿਹੜੇ ਮਹੀਨੇ ਵਾਪਰਦੀ ਹੈ? ਮਈ, ਜੂਨ, ਜੁਲਾਈ, ਅਗਸਤ। ਜੂਨ ਦੇ ਮਹੀਨੇ। ਲਿਖੋ ਬੱਚੇ, ਕੁਲਫੀ ਕਹਾਣੀ ਦੀ ਘਟਨਾ ਜੂਨ ਦੇ ਮਹੀਨੇ ਵਾਪਰਦੀ ਹੈ। ਨੈਕਸਟ ਕੁਸ਼ਚਨ, ਲੇਖਕ ਦੀ ਆਰਥਿਕ ਹਾਲਤ ਕਿਉਂ ਚਾਹੀ ਹੈ? ਆਰਥਿਕ ਹਾਲਤ ਕਿਉਂ ਚਾਹੀ ਹੈ? ਗਰੀਬੀ ਵਾਲੀ, ਚੰਗੀ, ਗਰੀਬੀ ਵਾਲੀ, ਜਾਂ ਜੇ ਆਏ ਖਸਤਾ ਤਾਂ ਖਸਤਾ, ਜੇ ਆਏ ਕਮਜ਼ੋਰ ਤਾਂ ਕਮਜ਼ੋਰ, ਜੋ ਵੀ ਆਪਸ਼ਨ ਹੋਏਗੀ। ਤੁਹਾਨੂੰ ਸਪੈਲਿੰਗ ਦੀ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਕਿਉਂਕਿ ਓਬਜੈਕਟਿਵ ਪੇਪਰ ਹੈ। ਨੈਕਸਟ ਕੁਸ਼ਚਨ, ਕਮਜ਼ੋਰ ਜਾਂ ਚੰਗੀ ਲੇਖਕ ਦੀ ਆਰਥਿਕ ਹਾਲਤ, ਜੇ ਗਰੀਬੀ ਆਏ ਤਾਂ ਗਰੀਬੀ, ਗਰੀਬੀ ਦੇ ਬਿਲਕੁਲ ਸਮਾਨ ਅਰਥ ਸ਼ਬਦ ਨੇ ਖਸਤਾ ਤੇ ਕਮਜ਼ੋਰ। ਉਹਦੇ ਇਲਾਵਾ ਦਰਮਿਆਨੀ ਹੈ ਜਾਂ ਚੰਗੀ ਹੈ, ਠੀਕ ਹੈ। ਨੈਕਸਟ ਕੁਸ਼ਚਨ, ਲੇਖਕ ਦੀ ਤਨਖਾਹ ਮਹੀਨੇ ਦੇ ਕਿੰਨੇ ਦਿਨਾਂ ਵਿੱਚ ਹੀ ਮੁੱਕ ਜਾਂਦੀ? 15 ਦਿਨਾਂ ਵਿੱਚ ਹੀ। ਤਨਖਾਹ ਕਿੰਨੇ ਦਿਨਾਂ ਵਿੱਚ ਹੀ ਮੁੱਕ ਜਾਂਦੀ? ਉੱਥੇ ਆਪਸ਼ਨ ਹੈਗੀ 12 ਦਿਨ, 15 ਦਿਨ, 20 ਦਿਨ, 25 ਦਿਨ। 15 ਦਿਨਾਂ ਵਿੱਚ ਹੀ। ਕੁਲਫੀ ਕਹਾਣੀ ਦੇ ਆਰੰਭ ਦੀ ਘਟਨਾ ਕਿਹੜੇ ਸਮੇਂ ਵਾਪਰਦੀ ਹੈ? ਦੁਪਹਿਰ ਦੇ। ਤੇ ਜ਼ਫਰਨਾਮਾ ਇਕਾਂਗੀ ਕਿਹੜੇ ਸਮੇਂ ਹੈ? ਦੋ ਹੀ ਹੈ ਇਹ ਰਚਨਾਵਾਂ ਵਨਗੀ ਬੁੱਕ ਵਿੱਚ। ਪਹਿਲਾਂ ਤਾਂ ਵਨਗੀ ਬੁੱਕ ਵਾਲੀਆਂ ਦੋਨੋਂ ਰਚਨਾਵਾਂ ਤੇ ਰਚਨਹਾਰ ਦਾ ਨਾਮ ਲਿਖ ਲਓ। ਲੇਖਕ ਜ਼ਫਰਨਾਮਾ ਇਕਾਂਗੀ ਡਾਕਟਰ ਹਰਚਰਨ ਸਿੰਘ ਹੈ। ਕੁਲਫੀ ਕਹਾਣੀ ਸੁਜਾਨ ਸਿੰਘ। ਸੁਜਾਨ ਸਿੰਘ ਦੀ ਕਿਹੜੀ ਪੁਸਤਕ ਨੂੰ ਸ਼ਹਿਰ ਤੇ ਗਰਾਂ ਨੂੰ ਪੁਰਸਕਾਰ ਮਿਲਿਆ, ਤੇ ਡਾਕਟਰ ਹਰਚਰਨ ਸਿੰਘ ਦੀ ਕਿਹੜੀ ਪੁਸਤਕ? ਲੇਖਕ ਕਿਹਦਾ? ਉਹ ਜ਼ਫਰਨਾਮਾ ਇਕਾਂਗੀ ਦਾ, ਠੀਕ ਹੈ। ਕਿਹੜੀ ਪੁਸਤਕ ਨੂੰ? ਕੱਲ, ਅੱਜ ਤੇ ਭਲਕ। ਹੁਣ ਤੁਸੀਂ ਭੁੱਲੋਗੇ ਨਹੀਂ ਬੇਟੇ, ਇੱਕ ਵਾਰੀ ਇਹਨਾਂ ਨੂੰ ਅਲੱਗ ਅਲੱਗ ਲਿਖ ਲੋਗੇ, ਠੀਕ ਹੈ। ਨੈਕਸਟ, ਕੁਲਫੀ ਕਹਾਣੀ ਦੀ ਆਰੰਭ ਦੀ ਘਟਨਾ ਹੋ ਗਿਆ ਕਲੀਅਰ, ਦੁਪਹਿਰ ਦੇ ਸਮੇਂ। ਨੈਕਸਟ ਹੈ, ਲੇਖਕ ਕਿਸ ਚੀਜ਼ ਤੇ ਸੁੱਤਾ ਪਿਆ ਸੀ ਜਦੋਂ ਦੁਪਹਿਰ ਵੇਲੇ ਆ ਕੇ ਲੇਖਕ ਆਰੰਭ ਵਿੱਚ ਸੁੱਤਾ ਪਿਆ? ਮੰਜੇ ਉੱਤੇ, ਚਟਾਈ ਜਾਂ ਸੱਫ ਉੱਤੇ, ਭੁੰਜੇ। ਯੈਸ ਬੇਟੇ, ਸੱਫ ਉੱਤੇ। ਸੱਫ ਮੀਨ ਚਟਾਈ, ਜਿਹੜੇ ਬੈਠ ਕੇ ਆਪਾਂ ਖਾਣਾ ਖਾਂਦੇ ਨਾ, ਕੇਨ ਦੀ ਬਣੀ ਹੁੰਦੀ ਹੈ, ਕਾਨਿਆਂ ਦੀ ਬਣੀ ਹੋਈ, ਸੱਫ ਜਾਂ ਚਟਾਈ। ਵੈਸੇ ਬੁੱਕ ਚ ਨੇਮ ਆਇਆ ਸੱਫ। ਨੈਕਸਟ, ਕਹਾਣੀ ਦੇ ਆਰੰਭ ਵਿੱਚ ਜਦੋਂ ਲੇਖਕ ਸੁੱਤਾ ਪਿਆ ਤਾਂ ਬਾਹਰੋਂ ਆਵਾਜ਼ ਕਾਹਦੀ ਆਈ ਹੈ? ਮਲਾਈ ਵਾਲੀ ਕੁਲਫੀ। ਲਿਖੋ, ਠੰਡੀ ਠਾਰ ਕੁਲਫੀ, ਮਲਾਈ ਵਾਲੀ ਕੁਲਫੀ, ਜਾਂ ਠੰਡੀ ਠਾਰ ਆਏਗਾ ਜਾਂ ਮਲਾਈ ਵਾਲੀ। ਨੈਕਸਟ ਕੁਸ਼ਚਨ, ਪਹਿਲੇ ਕੋਸ਼ਿਸ਼ ਕਰੋ ਤੁਸੀਂ ਆਂਸਰ ਬੋਲੋ। ਨੈਕਸਟ ਕੁਸ਼ਚਨ, ਕਿਹੜੀ ਚੀਜ਼ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੈ? ਰੋਟੀ ਦੀ ਤੰਗੀ, ਪੈਸੇ ਦੀ ਤੰਗੀ। ਵੈਰੀ ਗੁੱਡ, ਕੇਸ਼ਵ ਰਿਖੀ ਨੂੰ ਬਹੁਤ ਸਾਰੇ ਕੁਸ਼ਚਨ ਦੇ ਆਂਸਰ ਪਤਾ ਹੈ। ਪੈਸੇ ਦੀ ਤੰਗੀ ਰੋਟੀ ਦੀ ਹੈ, ਕੱਪੜਿਆਂ ਦੀ ਹੈ, ਭੁੱਖ ਦੀ ਹੈ, ਪੈਸੇ ਦੀ ਤੰਗੀ। ਨੈਕਸਟ ਕੁਸ਼ਚਨ ਇਜ਼, ਕਾਕੇ ਨੇ ਲੇਖਕ ਕੋਲੋਂ
लेखक नूं जगा के की मंगिया? तेला टका आना टका, लिखो लिखो बेटे। लेखक ने दे काके ने लेखक नूं जगा के की मंगिया? टका मंगिया, पैसे मंगे है, एक पैसा मंगिया है, टका मंगिया है, आना जा तेला टका। नेक्स्ट क्वेश्चन, लेखक दी तनखा अपने पिता नालों किन्नी सी? बहुत घट, दुगनी जा बहुत वध, जा बहुत घट, जा ना मात्र, बहुत घट वर्ड आया, बहुत घट ना मात्र भी नहीं है ही नहीं सी, जिमें वगार दे के काम करना बस। नेक्स्ट क्वेश्चन, कहानी की घटना जून के महीने केड़ी तारीख नू वापरदी है? 26 तारीख, करेक्ट आंसर 26 तारीख, 26 तारीख नू। नेक्स्ट क्वेश्चन, कुल्फी वेचन वाले मगरों केड़ी चीज वेचन वाला आया? मुरमुरा। अगला क्वेश्चन लिखो, मुरमुरा वेचन वाला, मुरमुरा वेचन वाला। नेक्स्ट क्वेश्चन, लेखक ने की कह के मुरमुरा लैन तो भी टाल दिता कि मुरमुरा खाने नाल केड़ी बीमारी लगन दा डर है? खंघ दी बीमारी। इस तरह क्वेश्चन लिख लो, मुरमुरा खाने नाल केड़ी बीमारी लगन दा डर है? खंघ दी बीमारी, खंघ दी बीमारी। नेक्स्ट क्वेश्चन, लेखक खर्चन लई किन्ने पैसे लैंदा सी? आना, तेला, टका जा एक पैसा? तेला, लिखो बेटे, तेला लैंदा सी ओह। किन्ने दे छोले मुक्कन विच नहीं सन आंदे? तेले दे। कितना कितने तुहाडे ना क्वेश्चन दे आंसर च कन्फ्यूजन हो जांदी है, क्योंकि टका भी आया, आना भी, ते तेला भी। तेले दे छोले मुक्कदे नहीं सन। लेखक किसी दुकान तो छोले लैंदा सी? जवद्दी राम, मसंदी राम, देव राम, कालू राम, मसंदी राम, मसंदी राम दी दुकान तो छोले लैके खांदा सी, जिहड़े मुक्कन च नहीं सन आंदे, जिहड़े मुक्कन विच नहीं सन आंदे। नेक्स्ट क्वेश्चन बच्चे, लेखक अते उसके पिता विचों कौन पढ़िया सी? वधेरे कौन पढ़िया सी? लेखक। लेखक ने काके नूं कदों ते कित्थों कुल्फी खवाउण दा लारा लाया? कदों कदों शामी, कित्थों, नाल ही स्लैश पाके जिवें आ जाए, कदों ते कित्थों? शामी ते बाजारों, इस तरह आएगी ऑप्शन, ठीक है? सवेरे ते मोहल्ले चो, शामी ते बाजारों, शामी बाजारों। नेक्स्ट क्वेश्चन, लेखक अपने मालक नू तनखा वधाउण दे लई किस डर करके नहीं सी कह रहा? नौकरियों, नौकरियों कटे जान दे डर करन, नौकरियों कटे जान दे कर, जा नौकरी दे खुश जान करन, कोई भी जेड़ी भी करेक्ट ऑप्शन होएगी, नौकरी चले जान दे डर करन, ठीक है बच्चे? नेक्स्ट, काका आसमान दे तारियां नू की समझदा सी? पैसे, रुपए, पैसे, आने, टके जा रुपए, रुपए समझदा सी, जा उल्टा आ जाएगा क्वेश्चन, रुपए किस नू समझदा? आसमान दे तारियां नू। नोट करो बच्चे, लेखक ने अपने साथी कोलों किन्ने रुपए उधारे ले? 3 रुपए। वो 3 रुपए साथी तो ले, 3 रुपए किसने मुछ ले? मुछ लेना दा मीनिंग की है? ले लेना, खो लेना, दे देना, खो लेना, ले लेना नहीं, आराम नाल खोने हैं, मुछने हैं। मुछ लेना दा मीनिंग भी आ सकता है, नोट करो बेटे, मुछ लेना, खो लेना। नेक्स्ट क्वेश्चन इज, अगले दिन सुत्ता पिया काका
ਨੀਂਦ ਵਿੱਚ ਕੀ ਬੁੜਬੜਾ ਰਿਹਾ ਸੀ? ਕੁਫੀ ਕੁਫੀ ਬ੍ਰੈਕਟ ਵਿੱਚ ਕੁਲਫੀ, ਬ੍ਰੈਕਟ ਵਿੱਚ ਕੀ ਲਿਖੋਗੇ? ਕੁਲਫੀ। ਖਸਮਾ ਖਾਣਾ ਸੁੱਤਾ ਪਿਆ ਵੀ ਕੁਲਫੀਆਂ ਮੰਗਦਾ ਹੈ, ਇਹ ਸ਼ਬਦ ਕਿਸਨੇ ਕਹੇ? ਲੇਖਕ ਦੀ ਪਤਨੀ ਨੇ। ਖਸਮਾ ਖਾਣਾ ਸੁੱਤਾ ਪਿਆ ਵੀ ਕੁਲਫੀ ਮੰਗਦਾ ਹੈ, ਇਹ ਸ਼ਬਦ ਕਿਸਨੇ ਕਹੇ? ਲੇਖਕ ਦੀ ਪਤਨੀ ਨੇ। ਨੈਕਸਟ ਕੁਸ਼ਚਨ, ਕਾਕਾ ਕੁਲਫੀ ਖਾਣ ਲਈ ਕਿਸ ਮੁੰਡੇ ਨੂੰ ਧੁੱਸ ਕੇ ਪੈ ਗਿਆ? ਸ਼ਾਹਾਂ ਦੇ ਮੁੰਡੇ ਨੂੰ। ਸ਼ਾਹਾਂ ਦੇ ਮੁੰਡੇ ਦਾ ਨਾਮ, ਜਾਂ ਕੁਸ਼ਚਨ ਆਏਗਾ, ਸ਼ਾਹਾਂ ਦੇ ਮੁੰਡੇ ਨੂੰ ਮੁਹੱਲੇ ਵਾਲੇ ਕੀ ਕਹਿ ਕੇ ਬੁਲਾਉਂਦੇ ਨੇ? ਬੁੱਲੀ। ਮੁਹੱਲੇ ਦਾ ਬੁੱਲੀ ਕੌਣ ਹੈ? ਇਸ ਤਰ੍ਹਾਂ ਵੀ ਕੁਸ਼ਚਨ ਆ ਸਕਦਾ, ਮੁਹੱਲੇ ਦਾ ਬੁੱਲੀ ਕੌਣ ਹੈ? ਸ਼ਾਹਾਂ ਦਾ ਮੁੰਡਾ। ਨੈਕਸਟ ਕੁਸ਼ਚਨ, ਸ਼ਾਹਾਂ ਦੇ ਮੁੰਡੇ ਤੇ ਕਾਕੇ ਵਿੱਚੋਂ ਕੌਣ ਵੱਡਾ? ਅਗਲਾ ਕੁਸ਼ਚਨ, ਕਿੰਨੇ ਸਾਲ ਵੱਡਾ? ਕਿੰਨੇ ਸਾਲ ਵੱਡਾ? ਨੈਕਸਟ ਕੁਸ਼ਚਨ, ਤੀਸਰੇ ਦਿਨ ਜਦੋਂ ਬਾਹਰ ਕੁਲਫੀ ਵੇਚਣ ਵਾਲਾ ਆਇਆ ਤਾਂ ਕਾਕਾ ਕਿਸ ਨਾਲ ਖੇਡ ਰਿਹਾ ਸੀ? ਕਿਸ ਨਾਲ ਖੇਡ ਰਿਹਾ ਸੀ? ਹਾਕੀ ਨਾਲ, ਗੇਂਦ ਨਾਲ, ਬੱਤਖ ਨਾਲ? ਉਹ ਵੀ ਕਿਹੋ ਜਿਹੀ? ਰਬੜ ਦੀ ਪਾਟੀ ਹੋਈ ਬੱਤਖ। ਨੋਟ ਕਰੋ ਆਂਸਰ, ਰਬੜ ਦੀ ਪਾਟੀ ਹੋਈ ਬੱਤਖ। ਜਿਵੇਂ ਗੇਂਦ ਫਟ ਜਾਂਦੀ ਹੈ ਨਾ, ਉਵੇਂ ਰਬੜ ਦੀ ਪਾਟੀ ਹੋਈ ਬੱਤਖ, ਕੋਈ ਵੀ ਖਿਡੌਣਾ ਰਬੜ ਦਾ, ਇੱਥੇ ਕੀ ਹੈ? ਬੱਤਖ। ਨੈਕਸਟ, ਕਾਕੇ ਦੀ ਟੁੱਡ ਨਾਲ, ਟੁੱਡ ਜਾਂ ਠੁੱਡ, ਟੁੱਡ ਆਏ ਜਾਂ ਠੁੱਡ, ਦੋਨੇ ਹੀ ਵਰਡ ਹੋ ਸਕਦੇ ਆ। ਸ਼ਾਹਾਂ ਦਾ ਮੁੰਡਾ ਕਿੱਥੇ ਡਿੱਗਿਆ? ਨਾਲੀ ਵਿੱਚ, ਜਾਂ ਨਾਲੀ, ਜਾਂ ਮੋਰੀ? ਠੀਕ ਹੈ, ਕਿੱਥੇ ਡਿੱਗ ਪਿਆ? ਨਾਲੀ ਵਿੱਚ ਜਾਂ ਮੋਰੀ ਵਿੱਚ? ਹਾਂਜੀ ਬੇਟੇ, ਰਾਘਵ ਸਿਡਾਣਾ, ਐਨੀ ਡਾਊਟ ਬੇਟੇ? ਰਾਘਵ ਮੈਮ, ਲੇਖਕ ਨੇ ਕਦੋਂ ਤੱਕ ਕਿੱਥੋਂ ਕੁਲਫੀ ਖਿਲਾਉਣ ਦਾ ਉਹਨੂੰ ਲਾਰਾ ਲਾਇਆ ਸੀ? ਸ਼ਾਮ ਨੂੰ ਬਾਜ਼ਾਰੋਂ। ਓਕੇ ਮੈਮ, ਯੈਸ। ਅਗਲਾ ਕੁਸ਼ਚਨ ਹੈ ਬੇਟੇ, ਲੇਖਕ ਦੇ ਘਰ ਉਲਾਂਭਾ ਲੈ ਕੇ ਕੌਣ ਆਈ ਸੀ? ਜੇ ਆਪਸ਼ਨ ਚ ਆਏ ਸ਼ਾਨੀ ਤਾਂ ਸ਼ਾਨੀ ਲਿਖਣਾ, ਜੇ ਸ਼ਾਹਾਂ ਦੇ ਮੁੰਡੇ ਦੀ ਮਾਂ, ਠੀਕ ਹੈ, ਜਾਂ ਸ਼ਾਹ ਦੀ ਪਤਨੀ? ਠੀਕ ਹੈ, ਜਿਹੜੀ ਆਪਸ਼ਨ ਹੋਏਗੀ ਕਰੈਕਟ ਉਹੀ ਲਿਖਣੀ ਹੈ। ਬੁੱਲੀ ਦੀ ਮਾਂ ਵੀ ਆ ਸਕਦਾ, ਵੈਰੀ ਗੁੱਡ। ਠੀਕ ਹੈ, ਨੈਕਸਟ ਕੁਸ਼ਚਨ, ਉਲਾਂਭਾ ਸੁਣ ਕੇ ਕਾਕੇ ਨੂੰ ਮਾਰਨ ਲਈ ਚਪੇੜ ਕਿਸਨੇ ਚੁੱਕੀ? ਕਾਕੇ ਦੀ ਮਾਂ ਆਏ ਤਾਂ ਕਾਕੇ ਦੀ ਮਾਂ, ਲੇਖਕ ਦੀ ਪਤਨੀ। ਠੀਕ ਹੈ, ਕਲੀਅਰ? ਇਸ ਤੋਂ ਪਹਿਲਾਂ, ਕਾਕੇ ਦੀ ਮਾਂ ਦੇ ਚਪੇੜ ਮਾਰਨ ਤੋਂ ਪਹਿਲਾਂ, ਚਪੇੜ ਚੁੱਕਣ ਤੋਂ ਪਹਿਲਾਂ ਕਾਕੇ ਨੂੰ ਕਿਸਨੇ ਚਪੇੜ ਚੁੱਕੀ? ਕਾਕੇ ਵੱਲ ਕਿਸਨੇ ਚਪੇੜ ਚੁੱਕੀ? ਕੁਲਫੀ ਵਾਲੇ ਨੇ, ਵੈਰੀ ਗੁੱਡ। ਕੁਲਫੀ ਵਾਲੇ ਨੇ ਚਪੇੜ ਚੁੱਕੀ ਸੀ। ਨੈਕਸਟ ਕੁਸ਼ਚਨ, ਐਕਸਕਿਊਜ਼ ਮੀ ਮੈਮ, ਯੈਸ ਬੇਟੇ, ਯੈਸ ਮੈਮ, ਇਹ ਘਟਨਾ ਕਿਹੜੀ ਤਾਰੀਖ ਨੂੰ ਵਾਪਰੀ ਸੀ? 26 ਤਰੀਕ ਨੂੰ। ਇਹ ਘਟਨਾ 26 ਤਰੀਕ, ਮਹੀਨਾ ਜੂਨ ਦਾ, ਜੂਨ ਦੇ ਮਹੀਨੇ। ਨੈਕਸਟ ਕੁਸ਼ਚਨ ਬੇਟੇ, ਕਹਾਣੀ ਦੇ ਅੰਤ ਵਿੱਚ ਲੇਖਕ ਨੂੰ ਆਪਣੇ ਮੁਕਾਬਲੇ ਕਾਕਾ ਕਿਉਂ ਜਿਹਾ ਪ੍ਰਤੀਤ ਹੋਇਆ? ਬਹਾਦਰ ਜਾਂ ਦਲੇਰ, ਜਾਂ ਜੇ ਬਹਾਦਰ ਆਏ ਆਪਸ਼ਨ ਚ ਬਹਾਦਰ, ਜੇ ਦਲੇਰ ਆਏ ਤਾਂ ਦਲੇਰ। ਹੁਣ ਅਗਲਾ ਕੁਸ਼ਚਨ ਇਹਦੇ ਨਾਲ ਮਿਲਦਾ, ਕਹਾਣੀ ਦੇ ਅੰਤ ਵਿੱਚ ਲੇਖਕ ਕਾਕੇ ਦੇ ਮੁਕਾਬਲੇ ਆਪਣੇ ਆਪ ਨੂੰ ਕਿਉਂ ਜਿਹਾ ਸਮਝਦਾ? ਕਾਇਰ। ਠੀਕ ਹੈ, ਕਾਇਰ ਦਾ ਓਪੋਜ਼ਿਟ ਕੀ ਹੁੰਦਾ? ਦਲੇਰ ਜਾਂ ਬਹਾਦਰ। ਠੀਕ ਹੈ, ਕਾਕਾ ਦਲੇਰ ਪ੍ਰਤੀਤ ਹੋਇਆ ਤੇ ਲੇਖਕ ਕਾਇਰ ਪ੍ਰਤੀਤ ਹੋਇਆ। ਨੈਕਸਟ, ਕਾਕੇ ਦੀ ਉਮਰ ਕਿੰਨੀ ਹੈ? 5 ਸਾਲ। ਕਾਕੇ ਦੀ ਉਮਰ ਕਿੰਨੀ ਹੈ? 5 ਸਾਲ। ਨੈਕਸਟ, ਬੁੱਲੀ ਦੀ 8 ਸਾਲ, ਵੈਰੀ ਗੁੱਡ। ਚਲੋ ਨੈਕਸਟ ਕੁਸ਼ਚਨ, ਨੈਕਸਟ ਹੈ, ਪਹਿਲੀ ਜੰਗ ਤੋਂ ਮਗਰੋਂ ਕਿੰਨੇ ਦੇ ਛੋਲੇ ਮੁੱਕਦੇ ਨੇ? ਸਾਨੂੰ ਡਨ ਕਰ ਲਿਆ ਬੇਟੇ, ਧੇਲੇ ਦੇ। ਜਦੋਂ ਲੇਖਕ ਕਾਕੇ ਨੂੰ ਕਹਿੰਦਾ ਮੁਰਮਰਾ ਭੈੜਾ ਹੁੰਦਾ, ਤੇ ਅੱਗੋਂ ਲੇਖਕ ਕਾਕਾ ਕੀ ਕਹਿੰਦਾ? ਕਾਕਾ ਕੀ ਕਹਿੰਦਾ? ਮੁਰਮਰਾ ਚੰਗਾ ਹੁੰਦਾ, ਮੁਰਮਰਾ ਰਸੀਲਾ ਹੁੰਦਾ, ਮੁਰਮਰਾ ਮਿੱਠਾ ਹੁੰਦਾ।
मुरमुरा मिठा हुंदा, मुरमुरा मिठा हुंदा, काके दी की वर्डिंग है, मुरमुरा मिठा हुंदा है। नेक्स्ट क्वेश्चन, नेक्स्ट बेटे लिखो, लेखक द्वारा साथी तो मंग के लिया अंदर रुपया नाल पत्नी ने किस काम लिए उन्होंने वरत लिया, घर दियां लोड़ां पूरियां करन लई। जे एक वर्ड लेना है तो घर दियां लोड़ां उहदे विच बहुत कुछ आ जांदा, ठीक है, राशन, लक्कड़, बालन लई लक्कड़, होर समान, रसोई दा समान लैण लई उहने वरत्या, पर घर दियां लोड़ां पूरियां करन लई वरत लिया। हुण आपां गल करिए एक अणडिठी काव्य टुकड़ी दी, उह पहलां लिख लो, उस तों बाद आपां करदे हां वो अर्थक शब्द दी असाइनमेंट। वो आर्थिक शब्द की असाइनमेंट लिखो बच्चे, पैरा लिखो, दिलों मुहब्बत जिन सही सच्चे आ, मे भी तुसी अगे पहला कीती भी होवे, दिलों मुहब्बत नहीं कीती हुई, जिन सही सच्चे आ, जिन मन होर मुख होर से कांडे कच्चिया, रत्ते इश्क खुदाए रंग दीदार के, रंग दीदार के विसरिया जिन नाम, विसरिया जिना नाम से पोए पार्थिये, दिलों मुहब्बत जिन सही सच्चिया, जिन मन होर मुख होर से कांडे कच्चिया, रत्ते इश्क खुदाए रंग दीदार के विसरिया जिना नाम से पोए पार्थिय, ठीक है। अगला, परवरदगार अपार अगम बेअंत तू, पर वरदगार अपार अगम बेअंत तू, जिन्ना पछाता सच चुम्मा पैर मू, लास्ट लाइन, जिन्ना पछाता सच चुम्मा पैर मूं, एक लाइन है, पैर मूं, ठीक है। एदे अकॉर्डिंग क्वेश्चंस लिखो, दिलों मुहब्बत जिन सही सच्चिया, जिन मन होर मुख होर से कांडे कच्चिया, रत्ते इश्क खुदाए रंग दीदार के विसरिया जिन नाम से पोए पार्थिये, परवरदगार पर अगम बेअंत तू, जिना पछाता सच चुम्मा पैर मूं। लिख लिया बेटे पैरा, फर्स्ट क्वेश्चन इज, फर्स्ट क्वेश्चन लिखो, ਕਿਹੜੇ ਮਨੁੱਖ ਸੱਚੇ ਹੁੰਦੇ ਹਨ, ਜਿਨ ਸਹੀ ਸੱਚਿਆ, ਜਿਹੜੇ ਪੈਸੇ ਨਾਲ ਮੁਹੱਬਤ ਕਰਦੇ ਨੇ। ਆਪਸ਼ਨ ਲਿਖੋ, ਕਿਹੜੇ ਮਨੁੱਖ ਸੱਚੇ ਮਨੁੱਖ ਕਹੇ ਜਾਂਦੇ ਨੇ, ਕਿਹੜੇ ਮਨੁੱਖ ਸੱਚੇ ਮਨੁੱਖ ਹੁੰਦੇ ਹਨ, ਇਸ ਇਹਨਾਂ ਕਾਵਿ ਸਤਰਾਂ ਵਿੱਚ ਕਿਹੜੇ ਮਨੁੱਖ ਨੂੰ ਸੱਚੇ ਮਨੁੱਖ ਕਿਹਾ ਗਿਆ, ਸੱਚੇ ਪਛਾਣਿਆ ਗਿਆ, ਜਿਸ ਤਰ੍ਹਾਂ ਮਰਜ਼ੀ ਆ ਜਾਏ ਕੁਸ਼ਚਨ ਦੀ ਫਾਰਮ 'ਚ, ਜੋ ਪਰਮਾਤਮਾ ਨੂੰ ਪਿਆਰ ਕਰਦੇ ਨੇ, ਜੋ ਪੈਸੇ ਨੂੰ ਪਿਆਰ ਕਰਦੇ ਨੇ, ਜੋ ਦੁਨਿਆਵੀ ਸੁੱਖਾਂ ਨੂੰ, ਜੋ ਮੇਲ ਮਿਲਾਪ ਨੂੰ, ਪਰਮਾਤਮਾ ਨੂੰ ਦਿਲੋਂ ਮੁਹੱਬਤ ਕਰਦੇ ਨੇ। ਮੁਹੱਬਤ ਦਾ ਅਰਥ ਪਿਆਰ, ਮੁਹੱਬਤ ਦਾ ਅਰਥ ਪਿਆਰ ਹੈ, ਮੇਲ ਮਿਲਾਪ ਹੈ, ਮਦਦ ਹੈ ਜਾਂ ਸਾਕ ਸੰਬੰਧੀ ਹੈ, ਪਿਆਰ। ਇਹ ਵੀ ਕੁਸ਼ਚਨ ਨੋਟ ਕਰ ਲਓ, ਮੁਹੱਬਤ ਤੋਂ ਭਾਵ ਹੈ ਪਿਆਰ।
ਨੈਕਸਟ ਕੁਐਸਚਨ ਜਿਹੜੇ ਮਨ ਤੋਂ ਹੋਰ ਇਹਨੂੰ ਕੁਐਸਚਨ ਨੂੰ ਲਿਖੋ ਜਿਹੜੇ ਮਨ ਤੇ ਮੁੱਖ ਤੋਂ ਹੋਰ ਹੁੰਦੇ ਹਨ ਉਹ ਕੌਣ ਹੁੰਦੇ ਹਨ ਉਹ ਕਿਹੋ ਜਿਹੇ ਮਨੁੱਖ ਹੁੰਦੇ ਹਨ ਉਹ ਮਨੁੱਖ ਕਿਹੋ ਜਿਹੇ ਹਨ ਜੋ ਮਨੋ ਅਤੇ ਮੁੱਖੋਂ ਹੋਰ ਹਨ ਮੀਨਸ ਮੂੰਹ ਵਿੱਚ ਰਾਮ ਰਾਮ ਬਗਲ ਵਿੱਚ ਛੁਰੀ ਦੀ ਧਾਰਨਾ ਰੱਖਣ ਵਾਲੇ ਲੋਕ ਕਿਹੋ ਜਿਹੇ ਹਨ ਆਪਸ਼ਨ ਹੈ ਝੂਠੇ ਨਾਮ ਤੋਂ ਸੱਖਣੇ ਸਵਾਰਥੀ ਹੰਕਾਰੀ ਤੇ ਮਕਾਰ ਨਾਮ ਤੋਂ ਸੱਖਣੇ ਜੇ ਨਾਮ ਤੋਂ ਸੱਖਣੇ ਦੀ ਥਾਂ ਤੇ ਕੱਚੇ ਆਉਂਦਾ ਤਾਂ ਕੱਚੇ ਕੱਚੇ ਮਨੁੱਖ ਤੋਂ ਭਾਵ ਕੀ ਹੈ ਚਲੋ ਅਗਲਾ ਕੁਐਸਚਨ ਯੈਸ ਕੱਚੇ ਮਨੁੱਖ ਤੋਂ ਭਾਵ ਕੀ ਹੈ ਨਾਮ ਤੋਂ ਸੱਖਣੇ ਨਾਮ ਨਾਲ ਭਿੱਜੇ ਹੋਏ ਨਾਮ ਤੋਂ ਸੱਖਣੇ ਬੋਲੋ ਬੇਟੇ ਝੂਠੇ ਤੇ ਮਕਾਰ ਜਾਂ ਆਪਣਾ ਮਤਲਬ ਹੱਲ ਕਰਨ ਵਾਲੇ ਨਾਮ ਤੋਂ ਸੱਖਣੇ ਕੱਚੇ ਮਨੁੱਖਾਂ ਅੱਗੇ ਰੱਬ ਦੇ ਦੀਦਾਰ ਕਿਹਨਾਂ ਨੂੰ ਹੁੰਦੇ ਹਨ ਰੱਬ ਦੇ ਦੀਦਾਰ ਕਿਹਨਾਂ ਨੂੰ ਦੀਦਾਰ ਦਾ ਮਤਲਬ ਲਿਖੋ ਪਹਿਲੇ ਦੀਦਾਰ ਦਾ ਕੀ ਭਾਵ ਹੈ ਯੈਸ ਦੀਦਾਰ ਤੋਂ ਕੀ ਭਾਵ ਹੈ ਆਪਣੇ ਆਪ ਦੱਸੋ ਮੈਂ ਕੁਐਸਚਨ ਹੀ ਬੋਲਿਆ ਰੱਬ ਦੇ ਦੀਦਾਰ ਕਿਸ ਨੂੰ ਹੁੰਦੇ ਦਰਸ਼ਨ ਐਗਜੈਕਟ ਮੀਨਿੰਗ ਦਰਸ਼ਨ ਰੱਬ ਦੇ ਦੀਦਾਰ ਕਿਸ ਨੂੰ ਹੁੰਦੇ ਹਨ ਕਿਹਨਾਂ ਨੂੰ ਹੁੰਦੇ ਨੇ ਰੱਤੇ ਇਸ਼ਕ ਖੁਦਾਏ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੁੰਦੇ ਹਨ ਐਗਜੈਕਟ ਆਂਸਰ ਲੈ ਜਿਹੜੇ ਪੈਸੇ ਵਿੱਚ ਰੰਗੇ ਹੁੰਦੇ ਨੇ ਜਿਹੜੇ ਦੁਨਿਆਵੀ ਸੁੱਖਾਂ ਵਿੱਚ ਰੰਗੇ ਹੁੰਦੇ ਨੇ ਬੋਲੋ ਜਿਹੜੇ ਸਾਧ ਸੰਗਤ ਵਿੱਚ ਰੰਗੇ ਹੁੰਦੇ ਨੇ ਜਿਹੜੇ ਰੱਬ ਦੇ ਨਾਮ ਵਿੱਚ ਰੱਬ ਦੇ ਪਿਆਰ ਵਿੱਚ ਇਸ਼ਕ ਤੋਂ ਭਾਵ ਕੀ ਹੈ ਇਸ਼ਕ ਤੇ ਮੁਹੱਬਤ ਕਿਸ ਲਈ ਵਰਤੇ ਗਏ ਹਨ ਇਹ ਵੀ ਕੁਐਸਚਨ ਆ ਸਕਦਾ ਇਸ਼ਕ ਤੇ ਮੁਹੱਬਤ ਦਾ ਇੱਕ ਹੋਰ ਸਮਾਨ ਅਰਥਿਕ ਸ਼ਬਦ ਕੀ ਹੈ ਪਿਆਰ ਠੀਕ ਹੈ ਇਸ਼ਕ ਹੋਇਆ ਮੁਹੱਬਤ ਹੋਈ ਪਿਆਰ ਹੋਇਆ ਪ੍ਰੇਮ ਹੋਇਆ ਇਹ ਸਾਰੇ ਸਮਾਨ ਅਰਥਿਕ ਸ਼ਬਦ ਨੇ ਠੀਕ ਹੈ ਰੱਤੇ ਦਾ ਮਤਲਬ ਕੀ ਹੁੰਦਾ ਚਲੋ ਰੱਤੇ ਸੱਖਣੇ ਨੋਟ ਕਰੋ ਰੱਤੇ ਸ਼ਬਦ ਤੋਂ ਕੀ ਭਾਵ ਹੈ ਕੀ ਅਰਥ ਹੈ ਸੱਖਣੇ ਉੜਾ ਆਪਸ਼ਨ ਹੈ ਸੱਖਣੇ ਐੜਾ ਆਪਸ਼ਨ ਖੁੰਝੇ ਹੋਏ ਈੜੀ ਆਪਸ਼ਨ ਰੰਗੇ ਹੋਏ ਸੱਸਾ ਆਪਸ਼ਨ ਦੂਰ ਰਹਿੰਦੇ ਹੋਏ ਰੰਗੇ ਹੋਏ ਥਰਡ ਆਪਸ਼ਨ ਕਰੈਕਟ ਹੈ ਰੰਗੇ ਹੋਏ ਕਿਹੜੇ ਨਾਮ ਚ ਰੰਗੇ ਹੋਏ ਪਰਮਾਤਮਾ ਦੇ ਨਾਮ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਕੀ ਹਨ ਉਹਨਾਂ ਨੂੰ ਰੱਬ ਦੇ ਕੀ ਹੁੰਦੇ ਨੇ ਦੀਦਾਰ ਦੀਦਾਰ ਦਾ ਕੀ ਮੀਨਿੰਗ ਹੈ ਦਰਸ਼ਨ ਇੱਕ ਇੱਕ ਵਰਡ ਦਾ ਮੀਨਿੰਗ ਦੇਖੋ ਦਿਲੋਂ ਮੀਨ ਦਿਲ ਤੋਂ ਮੁਹੱਬਤ ਕਰਨ ਵਾਲੇ ਪਿਆਰ ਜਿਨ ਸਹੀ ਸਹੀ ਮੀਨ ਉਹ ਮਨੁੱਖ ਸੱਚੇ ਕਹੇ ਜਾਂਦੇ ਹਨ ਜਿਨ ਮਨ ਹੋਰ ਜਿਹੜੇ ਮਨ ਤੋਂ ਹੋਰ ਨੇ ਮੁੱਖ ਤੋਂ ਹੋਰ ਨੇ ਉਹ ਮਨੁੱਖ ਕੀ ਹਨ ਕੱਚੇ ਮਨੁੱਖ ਨੇ ਮੀਨਸ ਨਾਮ ਤੋਂ ਸੱਖਣੇ ਕੱਚੇ ਮਨੁੱਖ ਤੋਂ ਭਾਵ ਨਾਮ ਤੋਂ ਸੱਖਣੇ ਨਾਮ ਚ ਰੰਗੇ ਮਨੁੱਖ ਸੱਚੇ ਮਨੁੱਖ ਅੱਗੇ ਰੱਤੇ ਇਸ਼ਕ ਖੁਦਾਏ ਖੁਦਾਏ ਦਾ ਭਾਵ ਰੱਬ ਖੁਦਾ ਦੇ ਰੰਗ ਵਿੱਚ ਰੰਗੇ ਹੋਏ ਮਨੁੱਖ ਨੂੰ ਕਿਹਦੇ ਦੀਦਾਰ ਹੁੰਦੇ ਨੇ ਰੱਬ ਦੇ ਇੱਕ ਇੱਕ ਲਾਈਨ ਦਾ ਮੀਨਿੰਗ ਸਮਝ ਅਗਲਾ ਦੇਖੋ ਕਿਹੜੇ ਮਨੁੱਖ ਧਰਤੀ ਤੇ ਭਾਰ ਹਨ ਹੁਣ ਅਗਲਾ ਦੇਖੋ ਭੋਏ ਭਾਰਤੀਏ ਅਗਲਾ ਕੁਐਸਚਨ ਨਾਮ ਤੋਂ ਸੱਖਣੇ ਆਹ ਦੇਖੋ ਵਿਸਰਿਆ ਵਿਸਰਿਆ ਮੀਨ ਜਿਨ੍ਹਾਂ ਨੇ ਰੱਬ ਦਾ ਨਾਮ ਜਿਨ੍ਹਾਂ ਨੇ ਰੱਬ ਦਾ ਨਾਮ ਭੁਲਾ ਦਿੱਤਾ ਜਿਹੜੇ ਨਾਮ ਤੋਂ ਖਾਲੀ ਹਨ ਉਹ ਧਰਤੀ ਤੇ ਕੀ ਹਨ ਬੋਝ ਹਨ ਭਾਰ ਹਨ ਭੋਏ ਦਾ ਕੀ ਅਰਥ ਹੈ ਧਰਤੀ ਭਾਰ ਦਾ ਕੀ ਅਰਥ ਹੈ ਬੋਝ ਥੀਏ ਮੀਨਸ ਉਹ ਮਨੁੱਖ ਕਿਹੜੇ ਮਨੁੱਖ ਭੋਏ ਤੇ ਭੋਏ ਮੀਨਸ ਭੂਮੀ ਇਸ ਧਰਤੀ ਤੇ ਬੋਝ ਹੈ ਉਹਨਾਂ ਨੂੰ ਧਰਤੀ ਨੂੰ ਲੋੜ ਨਹੀਂ ਅਜੇ ਮਨੁੱਖਾਂ ਨੂੰ ਅੱਛਾ ਕੁਐਸਚਨ ਆਏ ਧਰਤੀ ਨੂੰ ਕਿਹੜੇ ਮਨੁੱਖਾਂ ਦੀ ਲੋੜ ਨਹੀਂ ਹੈ ਨਾਮ ਤੋਂ ਸੱਖਣੇ ਕੱਚੇ ਮਨੁੱਖ ਜਿਹੜੀ ਵੀ ਆਪਸ਼ਨ ਦਿੱਤੀ ਹੋਗੀ ਕੱਚੇ ਮਨੁੱਖ ਨਾਮ ਤੋਂ ਸੱਖਣੇ ਨਾਮ ਤੋਂ ਖਾਲੀ ਠੀਕ ਹੈ ਧਰਤੀ ਤੇ ਕੀ ਹਨ ਬੋਝ ਧਰਤੀ ਨੂੰ ਕਿੰਨਾ ਦੀ ਲੋੜ ਨਹੀਂ ਹੈ ਪਰਵਰਦਗਾਰ ਤੇ ਅਪਾਰ ਕਿੰਨਾ ਲਈ ਸ਼ਬਦ ਵਰਤੇ ਹਨ ਰੱਬ ਲਈ ਪਰਵਰਦਗਾਰ
ਪਰ ਵਰਦਗਾਰ ਜਿਹੜਾ ਪਾਲਣਾ ਕਰਦਾ ਦੂਜਿਆਂ ਦੀ, ਇਹ ਉਹਦੀ ਮਹਿਮਾ ਹੈ, ਅਪਾਰ ਹੈ, ਜਿਸ ਦਾ ਪਾਰ ਨਹੀਂ ਕੀਤਾ, ਅਗਮ ਹੈ, ਅਪਹੁੰਚ ਜਿਹਨੂੰ ਕਹਿੰਦੇ ਨੇ, ਬੇਅੰਤ ਜਿਸ ਦਾ ਅੰਤ ਨਹੀਂ ਪਾ ਜਾ, ਅਗਮ ਮੀਨ ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਅਪਹੁੰਚ। ਠੀਕ ਹੈ, ਪਰਮਾਤਮਾ ਦੀ ਮਹਿਮਾ ਗਾਈ ਹੈ, ਪਰਮਾਤਮਾ ਬੇਅੰਤ ਹੈ। ਠੀਕ ਹੈ, ਇਹਨਾਂ ਸਤਰਾਂ ਵਿੱਚ ਕਿਸਦੀ ਮਹਿਮਾ ਕੀਤੀ ਗਈ ਹੈ? ਪਰਮਾਤਮਾ ਦੀ। ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ, ਇਸ ਵਿੱਚ ਜਿਨ੍ਹਾਂ ਨੇ ਰੱਬ ਦੇ ਨਾਂ ਦੇ ਸੱਚ ਨੂੰ ਪਛਾਣ ਲਿਆ ਉਹਨਾਂ ਦੇ, ਇਹ ਵੈਸੇ ਪੈਰਾ ਕਿਹਦਾ ਹੈ? ਫਰੀਦ ਜੀ ਦਾ। ਆਪਾਂ ਇੱਥੇ ਮੈਂਸ਼ਨ ਨਹੀਂ ਕਰਨਾ ਕਿਉਂਕਿ ਆਪਾਂ ਤਾਂ ਅਨਸੀਨ ਹੈ ਪੈਸੇਜ। ਕਿਹਨਾਂ ਦੇ ਪੈਰ ਚੁੰਮਣ ਦੀ ਗੱਲ ਕੀਤੀ ਗਈ ਹੈ? ਜਿਹੜੇ ਰੱਬ ਦੇ ਸੱਚ ਨੂੰ ਪਛਾਣ ਲੈਂਦੇ ਹਨ, ਠੀਕ ਹੈ, ਨਾਮ ਦੇ ਸੱਚ ਨੂੰ ਪਛਾਣ ਲੈਂਦੇ ਹਨ, ਉਹਨਾਂ ਦੀ ਕੀ ਕੀਤੀ ਗਈ? ਉਹਨਾਂ ਦੇ ਪੈਰ ਚੁੰਮਣ ਲਈ ਤਿਆਰ ਹਾਂ। ਜਿਹੜੇ ਫਰੀਦ ਜੀ ਨੇ ਕਹਿੰਦੇ ਮੈਂ ਉਹਨਾਂ ਦੇ ਪੈਰ ਚੁੰਮਣ ਲਈ ਤਿਆਰ ਹਾਂ ਜਿਹਨਾਂ ਨੇ ਰੱਬ ਦੇ ਨਾਂ ਨੂੰ ਪਛਾਣ ਲਿਆ, ਰੱਬ ਨਾਲ ਪਿਆਰ ਪਾ ਲਿਆ ਹੈ। ਕਲੀਅਰ ਹੈ? ਇਹਦੇ ਨਾਲ ਦੇ ਕੋਈ ਵੀ 5 ਕੁਐਸਚਨ ਆ ਸਕਦੇ ਨੇ। ਠੀਕ ਹੈ, ਕਿਹੜੇ ਸੱਚ ਨੂੰ ਪਛਾਣਨ ਦੀ ਗੱਲ ਕੀਤੀ ਇਸ ਵਿੱਚ? ਜਿਹਨਾਂ ਪਛਾਤਾ ਸੱਚ, ਕਿਹੜੇ ਸੱਚ ਨੂੰ ਪਛਾਣਨ ਦੀ ਗੱਲ ਕੀਤੀ ਹੈ? ਪਰਮਾਤਮਾ ਦੀ ਮੁਹੱਬਤ, ਪਰਮਾਤਮਾ ਦੇ ਨਾਮ ਦੇ ਸੱਚ ਨੂੰ ਜਿਹਨਾਂ ਨੇ ਪਛਾਣ ਲਿਆ ਹੈ ਉਹਨਾਂ ਦੇ ਪੈਰ ਚੁੰਮਣ ਲਈ ਤਿਆਰ ਨੇ ਫਰੀਦ ਜੀ। ਠੀਕ ਹੈ, ਇਹ ਫਰੀਦ ਜੀ ਤਾਂ ਆਪਾਂ ਮੈਂਸ਼ਨ ਨਹੀਂ ਕਰਨਾ, ਵੈਸੇ ਇਹ ਫਰੀਦ ਜੀ ਦਾ ਸ਼ਬਦ ਹੈ। ਤੁਸੀਂ ਸਲੋਕ ਤਾਂ ਬਹੁਤ ਸਾਰੇ ਪੜ੍ਹੇ ਹੋਏ ਨਾ 9th ਕਲਾਸ ਚ, ਫਰੀਦ ਜੀ ਦੇ, ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣ ਵਾਲੇ, ਪੜ੍ਹੇ ਹੋਏ ਨਾ ਬੇਟੇ? ਇਸੇ ਤਰ੍ਹਾਂ ਫਰੀਦ ਜੀ ਦਾ ਸਲੋਕ ਹੈ, ਸ਼ਬਦ ਹੈ। ਕਲੀਅਰ? ਹੁਣ ਲਿਖੋ ਤੁਸੀਂ ਬਹੁ ਅਰਥਕ ਸ਼ਬਦਾਂ ਦੀ ਅਸਾਈਨਮੈਂਟ ਕਰੋ, 1-2 ਸੈਂਟੈਂਸ ਲਿਖਣੇ ਆ। ਉਹ ਸਾਰਾ ਦਿਨ ਡੈਸ਼ ਬਣ ਕੇ ਡੈਸ਼ ਰਿਹਾ। ਸੂਟੇਬਲ ਸਹੀ ਵਿਕਲਪ ਚੁਣੋ ਬਹੁ ਅਰਥਕ ਸ਼ਬਦ ਦਾ, ਔਰ ਸੀਕੁਐਂਸ ਵੀ ਦੇਖਣਾ ਹੈ। ਫੋਰ ਐਗਜ਼ਾਮਪਲ, ਜਿਵੇਂ ਆਪਸ਼ਨਸ ਨੇ, ਉਹ ਡੈਸ਼ ਬਣ ਕੇ ਰਿਹਾ। ਯੈਸ, ਲਿਸਨ, ਚੱਕ ਤੇ ਚੱਪਾ, ਚੱਕ ਤੇ ਚਾਰ, ਚਾਕ ਤੇ ਚਾਰ, ਚਾਕ ਤੇ ਹਾਲੀ। ਇੱਥੇ ਮੱਝਾਂ ਵਰਡ ਆਉਣਾ, ਠੀਕ ਹੈ, ਪਸ਼ੂ ਆਉਣਾ, ਪਸ਼ੂ। ਚਾਕ ਬਣ ਕੇ ਪਸ਼ੂ ਚਾਰਦਾ ਰਿਹਾ। ਚਾਕ ਮੀਨਸ ਨੌਕਰ, ਨੌਕਰ ਬਣ ਕੇ ਪਸ਼ੂ ਚਾਰਦਾ ਰਿਹਾ। ਠੀਕ ਹੈ, ਇਸ ਤਰ੍ਹਾਂ ਤੁਸੀਂ ਕਰੈਕਟ ਆਪਸ਼ਨ ਔਰ ਸੀਕੁਐਂਸ ਵੀ ਦੇਖਣਾ, ਬਾਕੀ ਆਪਾਂ ਨੈਕਸਟ ਕਲਾਸ ਕਰਾਂਗੇ। ਥੈਂਕ ਯੂ ਸੋ ਮਚ ਬੇਟੇ।